ਐਲਸੀਡੀ ਦੇ ਪੈਸੇ ਆ ਨਾਲ ਫ੍ਰੀ ਐਲਸੀਡੀ ਦੇ ਕੱਲੀ ਦੇ ਪੈਸੇ ਇਹ ਨਾਲ ਕਿ ਏਸੀ ਸਿਰਫ 2500 ਰੁਪਿਆ ਡਾਊਨ ਪੇਮੈਂਟ ਦੇ ਕੇ ਲੈ ਜੇ ਅੱਜ ਲਵਾ ਜੀ ਕਿ ਆਹਾ ਜਿਹੜਾ ਕੂਪਨ ਹੈ ਇਹ ਅਸੀਂ ਸਿਰਫ ਸਾਡੇ ਸਮਾਨ ਲੈ ਕੇ ਨਹੀਂ ਗਿਆ ਦੇਖਣ ਆਇਆ ਉਹਨੂੰ ਆ ਕੂਪਨ ਦਿੱਤਾ ਇਹ ਫ੍ਰੀ ਦੇ ਰਿਹਾ ਇਹਦੇ ਵਿੱਚ ਕਿਵੇਂ ਫਾਇਦਾ ਲੱਗ ਰਿਹਾ ਚੀਜ਼ ਸਮਾਨ ਲੈਣ ਚ ਹਾਂ ਜੀ ਬਿਲਕੁਲ ਫਾਇਦਾ ਲੱਗ ਰਿਹਾ ਜੀ ਪੁਰਾਣੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਕਬਾੜ ਚ ਪਈਆਂ ਨੇ ਜਾਣੀ ਵੱਧ ਪੈਸਿਆਂ ਦੇ ਕੱਟੀਆਂ ਜਾ ਰਹੇ ਨੇ ਕਬਾੜੀਆਂ ਨੂੰ ਦਈਏ ਉਹ 2500 ਦਾ ਕੱਟਣਗੇ ਜੀ ਉਹ ਸਰ ਇਹਦਾ ਇਹ ਤੁਹਾਡਾ ਪੁਰਾਣਾ ਕੂਲਰ ਕੱਟ ਕੇ ਸਿਰਫ 3800 ਦਾ ਪਊਗਾ ਕਿ ਤੁਹਾਡੇ ਕੋਲੇ ਪੁਰਾਣਾ ਕਟਾਉਣ ਨੂੰ ਨਹੀਂ ਹੈਗਾ ਨਹੀਂ ਹੈਗਾ ਤੁਸੀਂ ਕੂਲਰ ਲੈਣਾ ਤਾਂ ਤੁਹਾਨੂੰ ਇਹ ਨਾਲ ਸਕ੍ਰੈਚ ਕਾਰਡ ਹੈ ਜਿਹਦੇ ਵਿੱਚ 2100 ਤੋਂ 11000 ਤੱਕ ਨਾਮ ਆ 11000 ਰੁਪਇਆ ਆ ਗਿਆ ਜੀ ਮਤਲਬ ਲਿਖਿਆ ਹੋਇਆ ਤੇ ਇਹ ਚੋਂ 11000 ਆ ਗਿਆ ਜੀ ਤਾਂ ਇਹ ਕੂਲਰ ਵੀ ਦੇਵਾਂਗੇ ਠੀਕ ਹੈ ਪੈਸਾ ਕੋਈ ਨਹੀਂ ਲੈਂਦੇ 2200 ਰੁਪਇਆ ਨਾਲ ਦੇਵਾਂਗੇ ਲਗਾ ਦੋ ਉੱਪਰ ਦੀ ਚੈੱਕ ਹੀ ਕਰਨੀ ਹੈ ਕੁਆਲਿਟੀ ਮੜੀ ਲੰਗਾਏ ਉੱਪਰ ਦੀ ਬਾਈ ਦੇਖ ਲਓ ਗੱਡੀ ਲੰਘ ਰਹੀ ਹੈ 15 ਸਾਲ ਦੀ ਗਰੰਟੀ ਹੈ ਇਸ ਗੱਡੀ ਦੀ ਨਾਭੇ ਦੇ ਵਿੱਚ ਕੋਈ ਲਾਂਭਾ ਨਹੀਂ ਚਿੱਪ ਜੀ ਕੋਈ ਲਾਂਭਾ ਨਹੀਂ ਤਾਂ ਆਪਾਂ ਮੈਂ ਉਦੋਂ ਇਹਨਾਂ ਨੂੰ ਕਹਿ ਕੇ ਗਿਆ ਸੀਗਾ ਕਿ ਤੁਸੀਂ ਜਿਹੜੇ ਨੋਟ ਨੇ ਹੱਥਾਂ ਨਾਲ ਨਹੀਂ ਗਿਣ ਸਕਦੇ ਤੁਹਾਨੂੰ ਮਸ਼ੀਨ ਨਾਲ ਗਿਣਨੇ ਪੈਣਗੇ ਹੁਣ ਜਿਹੜੀ ਵਾਸ਼ਿੰਗ ਮਸ਼ੀਨ ਆ ਇਹ 13999 ਦੀ ਸੀਗੀ ਜੀ 2499 2500 ਰੁਪਿਆ ਡਿਸਕਾਊਂਟ ਹੋ ਗਿਆ ਕੰਪਨੀ ਵੱਲੋਂ 11500 ਰਹਿ ਗਿਆ ਜੀ ਉਹਦੇ ਉੱਤੇ 5000 ਰੁਪਿਆ ਉਹਦੇ ਪੁਰਾਣੀ ਕੱਟੀ ਬਾਹਰ ਟੁੱਟੀ ਮਸ਼ੀਨ ਪਈ ਜਿਹੜੀ ਟੁੱਟੀ ਪਈ ਜਿਹੜੀ ਬਾਹਰ ਪਈ ਹੈ 6500 ਦੀ ਰਹਿ ਗਈ ਸਿਰਫ 6500 ਦੀ ਰਹਿ ਗਈ ਜੀ ਇਹ ਤੇ ਉਹ ਕੂਪਨ ਇਹਦੇ ਨਾਲ ਮਿਲਣਗੇ ਉਹ ਕੂਪਨ ਮੋਟਰਸਾਈਕਲ ਦਾ ਕੂਪਨ ਇਹਦੇ ਨਾਲ ਮਿਲੂਗਾ ਜੀ ਜਿਹੜਾ ਫ੍ਰੀ ਵਾਲਾ ਕੂਪਨ ਹੈ ਉਹ ਇਹਦੇ ਨਾਲ ਮਿਲੂਗਾ 7100 ਹੋ ਗਿਆ ਹੈ ਨਾ ਯਾਰ ਇਹ ਅਲਮਾਰੀਆ 6400 ਦੀ ਰਹਿ ਗਈ 6400 ਦੀ ਰਹਿ ਗਈ ਹਾਂਜੀ 7100 ਰੁਪਏ ਨੂੰ ਤੁਹਾਡੇ ਵੱਲੋਂ ਮਿਲ ਗਿਆ ਉਹਨੂੰ ਮਾਫ ਹੋ ਗਿਆ ਮਿੱਤਰੋ ਨਾਭੇ ਸ਼ਹਿਰ 'ਚ ਪਹੁੰਚ ਗਏ ਇੱਥੇ ਨਾ ਪੁਰਾਣੀਆਂ ਚੀਜ਼ਾਂ ਕੱਟ ਕੱਟ ਦੇਖੀ ਪਹਿਲਾਂ ਮਸ਼ੀਨ ਦੇਖੋ ਜਮਾਂ ਐਂ ਲੱਗਦਾ ਵੀ ਕਬਾੜ ਵਾਲੇ 5000 ਦੀ ਪੁਰਾਣੀ ਕੱਟ ਕੇ ਨਵੀਆਂ ਦੇ ਰਹੇ ਨੇ ਕੁਝ ਕੁ ਰੁਪਏ ਪਾ ਕੇ ਮੰਨ ਲਾ ਨਵੇਂ ਰੇਟ ਦੇ ਨੇ ਇਸੇ ਤਰ੍ਹਾਂ ਫਰਿੱਜ ਫਰੁੱਜ ਦੇਖ ਸਕਦੇ ਹੋ ਅਤੇ ਮੋਟਰਸਾਈਕਲ ਖੜਾ ਹੋਰ ਵੀ ਇਹਨਾਂ ਕੋਲ ਵੱਡੇ ਆਫਰ ਨੇ ਭਾਰੀ ਕਾਰਡ ਦੇ ਰਹੇ ਨੇ ਆਪਾਂ ਪੂਰੀ ਗੱਲਬਾਤ ਕਰਦੇ ਹਾਂ ਵੀ ਕੀ ਸਿਸਟਮ ਆ ਇੱਥੇ ਘਰੇਲੂ ਸਾਰਾ ਸਮਾਨ ਸਸਤਾ ਕਿਉਂ ਮਿਲਦਾ ਉਹਦੇ ਬਾਰੇ ਆਪਾਂ ਅੰਦਰ ਪਹੁੰਚ ਗਏ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਰ ਮੈਂ ਬਾਹਰ ਗੱਲਬਾਤ ਕੀਤੀ ਹੈ ਵੀ ਪੁਰਾਣੀ ਚੀਜ਼ਾਂ ਕੱਟ ਰਹੇ ਹੋ ਜੀ ਹਨਾ ਹਾਂਜੀ ਹਾਂਜੀ ਬਿਲਕੁਲ ਤੇ ਵੀ ਉਹਦੇ ਨਾਲ ਆਫਰ ਕਿਵੇਂ ਕੀ ਦੇ ਰਹੇ ਹੋ ਜੀ ਉਹਦੇ ਨਾਲ ਅਸੀਂ ਉਹਦੇ ਵਿੱਚ ਆਫਰ ਇਹ ਹੈ ਕਿ ਕਿਸੇ ਨੇ ਕੋਈ ਬੈੱਡ ਲੈਣਾ ਜੀ ਜੀ ਹਨਾ ਇਹਦੇ ਵਿੱਚ ਉਹਦਾ ਟੁੱਟਿਆ ਭੱਜਿਆ ਪੁਰਾਣਾ ਕੋਈ ਵੀ ਬੈੱਡ ਹੈਗਾ ਜੀ ਉਹ ਅਸੀਂ 5000 ਦੇ ਵਿੱਚ ਹੀ ਕੱਟ ਰਹੇ ਹਾਂ ਜਿੰਨਾ ਮਰਜ਼ੀ ਟੁੱਟਿਆ ਹੋਵੇ ਜਿੰਨਾ ਮਰਜ਼ੀ ਟੁੱਟਿਆ ਹੋਵੇ ਜੀ ਕਿਉਂਕਿ ਉਹਦੀ ਇੱਛਾ ਹੁੰਦੀ ਹੈ ਉਹ ਕਦੇ ਚੱਕ ਕੇ ਉੱਥੇ ਰੱਖ ਦਿੰਦਾ ਬੰਦਾ ਕਦੇ ਵਿਚਾਰਾ ਉੱਥੇ ਰੱਖ ਦਿੰਦਾ ਨਵਾਂ ਲਿਆਉਣ ਦੀ ਇੱਛਾ ਹੁੰਦੀ ਹੈ ਪਰ ਪੁਰਾਣੇ ਦਾ ਉਹਨੂੰ ਕੋਈ ਰਸਤਾ ਨਹੀਂ ਲੱਭਦਾ ਜੀ ਜੇ ਮੰਨ ਲਓ 20000 ਦਾ ਤਾਂ 15 ਦਾ ਰਹਿੰਦਾ ਜੀ ਹਨਾ 15 ਦਾ ਰਹਿੰਦਾ ਜੀ 15 ਦਾ ਤਾਂ ਉਹ 10 ਦਾ ਰਹਿ ਜਾਂਦਾ ਠੀਕ ਹੈ ਜੀ ਤੇ ਇਸੇ ਤਰ੍ਹਾਂ ਜੇ ਫਰਿੱਜ ਆ ਜੀ ਹਾਂਜੀ ਇਹਨਾਂ ਤੇ ਵੀ ਉਹੀ ਸਕੀਮ ਆ ਜਿਹੜਾ ਬਾਹਰ ਮੈਂ ਫਰਿੱਜ ਦੇਖੇ ਨੇ ਟੁੱਟੇ ਹੋਏ ਹਾਂਜੀ ਉਹ ਟੁੱਟੇ ਹੋਏ ਜਿਹੜੇ ਤੁਸੀਂ ਬਾਹਰ ਫਰਿੱਜ ਦੇਖੇ ਨੇ ਉਹ ਅਸੀਂ 5000 ਚ ਕੱਟੇ ਆ ਜੀ ਹਨਾ ਹੁਣ ਇਹ ਜਿਹੜਾ ਫਰਿੱਜ ਹੈ ਕੋਈ ਵੀ ਮੰਨ ਲਓ 15000 ਦਾ 20000 ਦਾ 25000 ਦਾ ਜੋ ਵੀ ਫਰਿੱਜ ਹੈਗਾ ਤਾਂ ਉਹਨੂੰ ਉਹ ਉਹਦਾ 5000 ਉਹ ਲੈਸ ਹੋ ਜਾਊਗਾ 15000 ਵਾਲਾ ਫਰਿੱਜ ਉਹ ਮੰਨ ਲਓ ਹੈਗਾ ਉਹਦਾ 10000 ਦਾ ਪਊਗਾ ਹੋਰ ਕਿਹੜੀ ਕਿਹੜੀ ਚੀਜ਼ ਕੱਟ ਰਹੇ ਹੋ ਜੀ ਉਹਦੇ ਨਾਲ ਇਲਾਵਾ ਉਹਦੇ ਨਾਲ ਸੋਫਾ ਹੋ ਗਿਆ ਜੀ ਕੂਲਰ ਕੂਲਰ ਹੋ ਗਿਆ ਜੀ ਹਨਾ ਅਲਮੀਰਾ ਹੋ ਗਈ ਠੀਕ ਹੈ ਜੀ ਇਹਨਾਂ ਨੂੰ ਵੀ ਪੁਰਾਣੀ ਕੱਟ ਰਹੇ ਹਾਂ ਇਹਦੇ ਨਾਲ ਵੀ ਪੁਰਾਣੀ ਕੱਟ ਰਹੇ ਹਾਂ ਜਿਹੜਾ ਪਹਿਲਾਂ ਟੀਵੀ ਹੁੰਦਾ 21 ਇੰਚੀ ਪੁਰਾਣਾ ਜਿਹਾ ਘਰਾਂ 'ਚ ਪਿਆ ਹੁੰਦਾ ਮੇਜ਼ਾਂ ਤੇ ਜੀ ਬਲੈਕ ਐਂਡ ਵਾਈਟ ਛੋਟਾ ਜਿਹਾ ਜੀ ਹਨਾ ਜਿਹੜਾ ਕਿਸੇ ਖੁੰਜੇ 'ਚ ਸੁੱਟਿਆ ਪਿਆ ਜੀ ਤਾਂ ਉਹ ਵੀ 5000 'ਚ ਕੱਟ ਰਹੇ ਹਾਂ ਜਿਹਨੂੰ ਕਬਾੜੀ 100 'ਚ ਵੀ ਨਹੀਂ ਲੈ ਕੇ ਜਾਂਦਾ 100 'ਚ ਵੀ ਨਹੀਂ ਲੈਂਦਾ ਅਸੀਂ ਉਹ 5000 ਦਾ ਕੱਟ ਰਹੇ ਹਾਂ ਤੁਸੀਂ ਇਹ ਸੋਚੋ ਕਿ ਜਿਹੜੇ ਬੰਦੇ ਦਾ ਉਹ 5000 'ਚ ਕੱਟਿਆ ਗਿਆ ਨਵੀਂ ਐਲਈਡੀ ਲੈ ਗਿਆ ਉਹਦੇ ਬਦਲੇ ਉਹਦੇ ਪਰਿਵਾਰ 'ਚ ਕਿੰਨੀਆਂ ਖੁਸ਼ੀਆਂ ਹੋਣਗੀਆਂ ਜੀ ਪਰ ਇੱਕ ਚੀਜ਼ ਹੈ ਕਿ ਅਸੀਂ ਪਹਿਲੇ 1100 ਗਾਹਕ ਨੂੰ ਇਹ ਸਕੀਮ ਦੇਣੀ ਹੈ ਐਲਸੀਡੀਆਂ ਐਲਈਡੀ ਪਈ ਨੇ ਸਰ ਆਪਣੇ ਕੋਲ ਜੀ ਇਹ ਫਾਈਨਲ ਇਹ ਕੀ ਸਿਸਟਮ ਜੀ ਮੰਨ ਲਓ ਇਹ ਉੱਪਰ ਜੜੇ ਪੈ ਨੇ ਸਾਰੇ ਇਹਨਾਂ ਦਾ ਇਹ ਸਿਸਟਮ ਹੈ ਜੀ ਜੀ ਕਿ ਹੁਣ ਜਿਹੜਾ ਗਰੀਬ ਆਦਮੀ ਹੈ ਵਿਚਾਰਾ ਲੱਖਾਂ ਰੁਪਿਆ ਕੱਪ ਬੋਰਡ ਤੇ ਨਹੀਂ ਲਾ ਸਕਦਾ ਦਿੱਲੀ ਤਮੰਨਾ ਹੈਗੀ ਆ ਦਿੱਲੀ ਤਮੰਨਾ ਹੈਗੀ ਵੀ ਸਾਡੀ ਐਲਈਡੀ ਵੀ ਕੱਪ ਬੋਰਡ 'ਚ ਲੱਗੀ ਹੋਵੇ ਜੀ ਨਹੀਂ ਆਮ ਤੌਰ ਤੇ ਕੰਧਾਂ ਤੇ ਟੰਗਦਾ ਗਿਆ ਹੁਣ ਜਿਵੇਂ ਉਹਨੇ ਐਲਈਡੀ ਤਾਂ ਲੈਣੀ ਆ ਜੀ ਆਹ ਲੈਣੀ ਆ ਆਹ ਲੈਣੀ ਆ ਕਿਤੋਂ ਵੀ ਲੈਣੀ ਆ 32 ਇੰਚ ਲਵੇ 40 ਲਵੇ 43 ਲਵੇ ਜੀ ਇਹ ਅਸੀਂ ਸਾਰਾ ਜਿਹੜਾ ਕੱਪ ਬੋਰਡ ਪੈਨਲ ਹੈ ਵਿੱਚ ਇਹਦੇ ਡਰੈਸਿੰਗ ਆ ਜਾਂਦਾ ਵਿੱਚ ਇਹਦੇ ਦਰਾਜ ਆ ਜਾਂਦੇ ਨੇ ਜੀ ਵਿੱਚ ਇਹ ਸਾਰਾ ਕੱਪ ਬੋਰਡ ਬਣਿਆ ਬਣਾਇਆ ਉਹਨੂੰ ਬਿਲਕੁਲ ਫ੍ਰੀ ਦੇ ਰਹੇ ਹਾਂ ਐਲਸੀਡੀ ਦੇ ਪੈਸੇ ਆ ਨਾਲ ਫ੍ਰੀ ਐਲਸੀਡੀ ਦੇ ਕੱਲੀ ਦੇ ਪੈਸੇ ਇਹ ਨਾਲ ਫ੍ਰੀ ਆ ਚੀਜ਼ ਪੂਰੀ ਮਜ਼ਬੂਤ ਆ ਕਹਿ ਸਕਦੇ ਬਣੀ ਹੋਈ ਜੀ ਇਹ ਸਰ ਪੂਰੀ ਮਜ਼ਬੂਤ ਆ ਦੇਖ ਲਓ ਕਿੰਨਾ ਇਹ ਦਰਾਜ ਵੀ ਇਹਦੇ ਹਾਈਡ੍ਰੋਲਿਕ ਨੇ ਤੇ ਸਰ ਬਾਹਰ ਇੱਕ ਮੋਟਰਸਾਈਕਲ ਖੜਾ ਸੀ ਜੀ ਮੈਂ ਉਹਦੀ ਗੱਲਬਾਤ ਕੀਤੀ ਸੀ ਉਹ ਕਿਵੇਂ ਉਹ ਕੀ ਆਫਰ ਨੇ ਜੀ ਉਹਦੇ ਉੱਤੇ ਆਫਰ ਹੈਗੀ ਹੈ ਜੀ ਸਾਡੇ ਤੋਂ ਕੋਈ ਵੀ ਆਈਟਮ ਲੈ ਕੇ ਜਾਂਦਾ ਜੀ ਨਾਲ ਅਸੀਂ ਤੁਹਾਨੂੰ ਹੋਰ ਦੱਸ ਦਿੰਦੇ ਹਾਂ ਮੋਟਰਸਾਈਕਲ ਤਾਂ ਹੈਗਾ ਹੀ ਹੈਗਾ ਜੀ ਸਕ੍ਰੈਚ ਕਾਰਡ ਵੀ ਹੈ ਜੀ ਮੰਨ ਲੈਂਦੇ ਹਾਂ ਵੀ ਇਹ ਲਮੀਰਾ ਹੈ ਜੀ ਹੁਣ ਉਹਨੇ ਲਮੀਰਾ ਲੈਣੀ ਹੈ ਇਹ 3 ਪੱਲਿਆਂ ਵਾਲੀ ਲਮੀਰਾ ਕਿੱਡੀ ਵੱਡੀ ਲਮੀਰਾ ਤੁਸੀਂ ਦੇਖੋ ਨਾ ਇਹਦੇ ਨਾਲ ਪੁਰਾਣੀ ਕੱਟੀ ਜਾ ਸਕਦੀ ਹੈ ਪਹਿਲੀ ਗੱਲ ਤਾਂ ਉਹ ਕਰ ਦਿੰਦੇ ਆਪਾਂ ਹਾਂਜੀ ਇਹਦੇ ਨਾਲ ਪੁਰਾਣੀ ਕੱਟੀ ਜਾਊਗੀ 5000 ਦੀ ਜੀ ਇਹ ਕੱਟ ਕੇ ਉਹਨੂੰ ਸਿਰਫ ਕਿੰਨੇ ਦੀ ਰਹਿ ਜਾਂਦੀ ਹੈ 8500 ਦੀ ਰਹਿ ਜਾਂਦੀ ਹੈ ਜੀ ਹਨਾ
ਜੀ ਤਾਂ ਇਹ ਸਕ੍ਰੈਚ ਕਾਰਡ ਮਿਲਦਾ ਹੈ ਜਿਵੇਂ ਹੁਣ ਮੰਨ ਲਓ ਇਹ 13,500 ਦੀ ਹੈ ਉਹਨੂੰ ਕੱਟ ਕੇ ਪੈਂਦੀ ਸੀਗੀ ਸਿਰਫ ਇਹ 8,500 ਦੀ ਜੀ ਜੇ ਉਹਦੇ ਕੋਲ ਕਟਾਉਣ ਨੂੰ ਨਹੀਂ ਹੈਗੀ ਤੁਸੀਂ ਇਹਨੂੰ ਸਕ੍ਰੈਚ ਕਰ ਲਓ ਇਹ 'ਚ ਜਿੰਨਾ ਕੈਸ਼ਬੈਕ ਉਹਨੂੰ ਆ ਗਿਆ ਉਹ ਘੱਟ ਜੂਗਾ ਕਿੰਨੇ ਤੱਕ ਕੈਸ਼ਬੈਕ ਸ਼ੁਰੂ ਹੁੰਦਾ ਜੀ ਮੰਨ ਕੇ ਚੱਲੋ ਆਈਟਮ ਦਾ ਕਿੰਨੇ ਰੁਪਏ ਵਾਪਸ ਆ ਸਕਦੇ 2100 ਤੋਂ ਲੈ ਕੇ 11,000 ਗਰੰਟੀ ਨਾਲ ਆਉਣੀ ਹੀ ਆਉਣਾ ਜੀ ਆਉਣੀ ਆਉਣਾ ਹਰੇਕ ਆਈਟਮ ਦੀ ਮੰਨ ਕੇ ਜਿਹੜੀ ਵੱਡੀ ਵੱਡੀ ਇਹ ਆਪਾਂ ਦੇਖ ਸਕਦੇ ਇੱਕ ਵਾਰੀ ਬਿਲਕੁਲ ਦੇਖ ਸਕਦੇ ਹੋ ਜੀ ਦੇਖ ਸਕਦੇ ਮਿੱਤਰੋ ਇਹ ਤੇ 7100 ਹੋ ਗਿਆ ਜੀ ਹਾਂਜੀ 7100 ਹੋ ਗਿਆ ਹਨਾ ਯਾਰ ਇਹ ਅਲਮਾਰੀਆ 6400 ਦੀ ਰਹਿ ਗਈ 6400 ਦੀ ਰਹਿ ਗਈ ਹਾਂਜੀ 7100 ਰੁਪਏ ਨੂੰ ਤੁਹਾਡੇ ਵੱਲੋਂ ਮਿਲ ਗਿਆ ਉਹਨੂੰ ਮਾਫ ਹੋ ਗਿਆ ਜੀ ਲੈ ਵੀ ਤੁਹਾਡੇ ਕੋਲੇ ਪੁਰਾਣੀਆਂ ਚੀਜ਼ਾਂ ਨਹੀਂ ਹੈਗੀਆਂ ਤਾਂ ਹਰੇਕ ਤੇ ਕੂਪਨ ਲੱਗੇ ਹੋਣੇ ਦੇ ਸਕਦੇ ਹੋ ਫ੍ਰਿਜਾਂ ਤੇ ਵੀ ਲੱਗੇ ਹੋਣੇ ਕੂਪਨ ਜੀ ਕੂਲਰਾਂ ਤੇ ਵੀ ਲੱਗੇ ਹੋਣੇ ਹਾਂਜੀ ਹਰ ਆਈਟਮ ਤੇ ਲੱਗਿਆ ਹੈ ਜੀ ਤੁਸੀਂ ਇੱਕ ਮਾਡਲ ਸ਼ੁਰੂ ਕੀਤਾ ਸੀ ਜੀ ਫ੍ਰੈਂਚਾਈਜ਼ ਮਾਡਲ ਕਹਿੰਦੇ ਸੀ ਵੀ ਮਨ ਲਾ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਪੈਸਾ ਖਰਾਬ ਵੀ ਹੋ ਰਿਹਾ ਤੇ ਫਿਰ ਵੀ ਨੂੰ ਕੁਝ ਬਣ ਰਿਹਾ ਹਨਾ ਜੀ ਸਰ ਇਹ ਬਹੁਤ ਵਧੀਆ ਤੁਸੀਂ ਵੀ ਇਹ ਚੀਜ਼ ਦੇ ਵਿੱਚ ਬਹੁਤ ਸਹਿਯੋਗ ਕਰ ਰਹੇ ਹੋ ਉਪਰਾਲਾ ਕਰ ਰਹੇ ਹੋ ਕਿ ਜਿਹੜੇ ਬੱਚੇ ਅੱਜ ਕਿੰਨਾ 30-35 ਲੱਖ ਰੁਪਿਆ ਲਿਜਾ ਕੇ ਬਾਹਰ ਜਾ ਰਹੇ ਨੇ ਉੱਥੇ ਆਪਾਂ ਨੂੰ ਪਤਾ ਰੋਜ਼ ਵੀਡੀਓ ਦੇਖਦੇ ਆ ਕਿ ਉਹ ਬੱਚੇ ਨਾਲ ਆਏ ਹੋ ਗਿਆ ਜੀ ਉਹਦੇ ਨਾਲ ਆ ਹੋ ਗਿਆ ਕੋਈ ਏਜੰਟ ਨੇ ਧੋਖਾਧੜੀ ਕਰਤੀ ਉਹਨਾਂ ਲਈ ਅਸੀਂ ਇੱਕ ਸੈਟਅਪ ਤਿਆਰ ਕੀਤਾ ਜੀ ਵੀ ਬੱਚਾ ਸਟੂਡੈਂਟ ਹੈ ਉਦੋਂ ਅੱਧੇ ਪੈਸਿਆਂ 'ਚ ਇਹਦੇ ਨਾਲ ਦਾ ਉਹਨੂੰ ਸੈਟਅਪ ਤਿਆਰ ਕਰਕੇ ਦੇਵਾਂਗੇ ਤੁਸੀਂ ਕਰਕੇ ਦੇਵੋਗੇ ਤਿਆਰ ਹਾਂਜੀ ਜੀ ਹੁਣ ਕਈ ਵਾਰ ਇਹ ਹੁੰਦਾ ਹੈ ਕਿ ਬੰਦਾ ਸਟੂਡੈਂਟ ਨਹੀਂ ਦੂਸਰਾ ਰਿਟਾਇਰ ਪਰਸਨ ਹੈ ਕੋਈ ਹਨਾ ਉਹ ਆ ਗਿਆ ਉਹਨੂੰ ਆ ਕੇ ਰਿਟਾਇਰ ਹੋ ਕੇ ਕੋਈ ਸਮਝ ਨਹੀਂ ਆਉਂਦੀ ਵੀ ਮੈਂ ਹੁਣ ਕੀ ਕਰਾਂ ਜੀ ਕਿਉਂਕਿ ਅੱਜ ਕੱਲ੍ਹ ਠੱਗੀ ਠੋਰੀ ਬਹੁਤ ਹੁੰਦੀ ਹੈ ਜੀ ਹੁਣ ਖੇਤੀਬਾੜੀ ਵਾਲਾ ਬੰਦਾ ਹੈ ਉਹਨੂੰ ਵਿਚਾਰੇ ਨੂੰ ਡਰ ਲੱਗੀ ਜਾਂਦਾ ਕਿ ਜੇ ਮੈਂ ਕਰ ਲਿਆ ਮੈਂ ਫੇਲ ਹੀ ਨਾ ਹੋ ਜਾਵਾਂ ਮੈਂ ਕਿੱਥੋਂ ਸਮਾਨ ਖਰੀਦੂੰਗਾ ਮੈਂ ਕਿੱਥੋਂ ਇੰਨਾ ਸਮਾਨ ਮੈਂ ਕਿੱਥੋਂ ਖਰੀਦੂੰਗਾ ਇੱਕ ਆਈਟਮ ਲੱਗੇ ਲੈਣ ਲੱਗੇ ਜਦੋਂ ਆਪਾਂ ਘਰ ਦੀ ਜਾਂਦੇ ਹਾਂ ਬਾਜ਼ਾਰ 'ਚ ਪੂਰਾ ਪੂਰਾ ਦਿਨ ਫੁੱਟ ਜਾਂਦਾ ਜੀ ਹਨਾ ਹੁਣ ਅਸੀਂ ਕੀ ਕੀਤਾ ਅਸੀਂ ਇਦਾਂ ਦਾ ਸੈਟਅਪ ਤਿਆਰ ਕਰ ਲਿਆ ਸਾਡਾ 19 ਸਾਲ ਦਾ ਤਜਰਬਾ ਜੀ ਜਿਹੜੇ ਧੋਖੇ ਸਾਡੇ ਨਾਲ ਹੋਣੇ ਸੀਗੇ ਠੱਗੀਆਂ ਵੱਜਣੀਆਂ ਸੀਗੀਆਂ ਦਿੱਲੀ ਵਾਲੇ ਨੇ ਉਹ ਵੱਜ ਚੁੱਕੀਆਂ ਨੇ ਜੀ ਹੁਣ ਅਸੀਂ ਇਹ ਚੀਜ਼ ਕੀਤੀ ਸਾਡੇ ਜਿਹੜੇ ਬੌਸ ਨੇ ਐਮਡੀ ਸਾਹਿਬ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਪਿਕਚਰ ਆਈ ਵੀ ਮੈਂ ਕੱਲਾ 2 ਸ਼ੋਰੂਮ 5 ਸ਼ੋਰੂਮ ਕਰ ਲੂੰਗਾ ਮੈਂ ਕੱਲਾ ਹੀ ਕਮਾਉਂਗਾ ਮੇਰੇ ਵਿੱਚ ਇੰਨਾ ਟੈਲੈਂਟ ਹੈ ਕਿ ਮੈਂ ਇਹ ਹਜ਼ਾਰਾਂ ਖੋਲ ਸਕਦਾ ਜੀ ਹਜ਼ਾਰ ਬੰਦਾ ਇਹ ਤੋਂ ਰੁਜ਼ਗਾਰ ਲੱਗ ਸਕਦਾ ਜੀ ਫਿਰ ਉਹਨਾਂ ਨੇ ਇਹ ਜਦੋਂ ਮਾਡਲ ਸ਼ੁਰੂ ਕੀਤਾ ਇੰਨਾ ਕਾਮਯਾਬ ਹੋਇਆ ਤੁਹਾਨੂੰ ਮੈਂ ਦਿਖਾਉਂਗਾ ਜੀ ਆਪ ਖੁਦ ਬੰਦਾ ਬਹਿ ਨਹੀਂ ਸਕਦਾ ਜੀ ਆਪਾਂ ਕਹਿ ਸਕਦੇ ਹਾਂ ਇੱਕ ਤੇ ਬੈਠ ਸਕਦਾ ਜੀ ਦੋ ਪਾਸੇ ਰਹਿ ਕੇ ਧਿਆਨ ਉਹ ਦੋ ਪਾਸੇ ਚਾਰ ਪਾਸੇ ਧਿਆਨ ਨਹੀਂ ਕਰ ਸਕਦਾ ਜੀ ਇਸ ਕਰਕੇ ਉਹਨਾਂ ਨੇ ਮਾਡਲ ਇਹ ਸੈਟਅਪ ਕੀਤਾ ਜਿਹੜੇ ਵੀ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਨੇ ਉਹ ਇੱਥੇ ਬਹੁਤ ਵਧੀਆ ਕਮਾਈ ਕਰ ਸਕਦੇ ਨੇ ਜਿਹੜੇ ਰਿਟਾਇਰ ਪਰਸਨ ਨੇ ਉਹ ਬਹੁਤ ਵਧੀਆ ਕਰ ਸਕਦੇ ਨੇ ਜਿਹੜੇ ਖੇਤੀਬਾੜੀ ਵਾਲੇ ਉਹ ਬਹੁਤ ਵਧੀਆ ਕਰ ਸਕਦੇ ਨੇਗੇ ਉਦਾਹਰਨ ਇਹਦੀ ਮਿਲ ਸਕਦੀ ਆਪਾਂ ਨੂੰ ਜੀ ਨਾਲ ਇੱਥੇ ਗਰੰਟੀ ਤੁਹਾਨੂੰ ਉਦਾਹਰਨ ਮਿਲ ਜੂਗੀ ਮਤਲਬ ਜਿਨ੍ਹਾਂ ਨੇ ਸੈਟਅਪ ਲਿਆ ਜਿਨ੍ਹਾਂ ਨੇ ਸੈਟਅਪ ਲਿਆ ਹੁਣੇ ਬਾਈ ਜੀ ਨੇ ਪਿੰਡ ਦੋਦਾ ਇਹਨਾਂ ਦਾ ਜੀ ਮਨਦੀਪ ਸਿੰਘ ਜੀ ਓਕੇ ਜੀ ਦੋਨੇ ਭਰਾ ਨੇਗੇ ਜੀ ਹੁਣ ਇਹਨਾਂ ਨੇ ਕੀ ਕਰਿਆ ਜਦੋਂ ਆਪਣੀ ਪਿਛਲੀ ਵੀਡੀਓ ਦੇਖੀ ਇਹਨਾਂ ਨੇ ਇਹ ਸੈਟਅਪ ਲੈਣ ਬਾਰੇ ਗੱਲ ਕੀਤੀ ਜੀ ਉਦੋਂ ਬਾਅਦ ਤੁਹਾਨੂੰ ਪਤਾ ਹੈ ਕਿ ਭਾਨੀ ਮਾਰ ਮਹਿਕਮਾ ਜਾਂ ਕੂਣੀ ਮਾਰ ਮਹਿਕਮਾ ਜਾਂ ਪਰਾਂ ਉਰੇ ਵਾਲੇ ਕੀ ਕੱਢੋਗੇ ਚੋ ਕੀ ਹੋ ਜੂਗਾ ਹਨਾ ਜੇ ਇਹ ਦੁਕਾਨਾਂ ਵਾਲਿਆਂ ਨੂੰ ਪੁੱਛਣਗੇ ਵੱਡੀ ਗੱਲ ਸੁਣ ਲਓ ਜੀ ਇਹਨਾਂ ਨੇ ਜਦੋਂ ਦੁਕਾਨਾਂ ਵਾਲਿਆਂ ਨੂੰ ਪੁੱਛਿਆ ਵੀ ਇਹ 'ਚ ਅਸੀਂ ਖੋਲਣਾ ਚਾਹੁੰਦੇ ਹਾਂ ਤਾਂ ਦੁਕਾਨਾਂ ਵਾਲਿਆਂ ਨੇ ਕੀ ਕਿਹਾ ਕਹਿੰਦੇ 'ਚ ਤਾਂ ਕੁਛ ਬਚਦਾ ਹੀ ਨਹੀਂ ਜੀ ਹਨਾ ਪੰਜ ਚਾਰ ਦੁਕਾਨਾਂ ਵਾਲਿਆਂ ਨੂੰ ਪੁੱਛਿਆ ਵੀ ਇਲੈਕਟ੍ਰੋਨਿਕਸ ਦਾ ਕੰਮ ਹੈ ਫਰਨੀਚਰ ਦਾ ਕੰਮ ਹੈ ਵੀ ਤੁਸੀਂ ਅਸੀਂ ਖੋਲਣਾ ਹੈ ਉਹ ਕਹਿੰਦੇ ਕੁਛ ਨਹੀਂ ਬਚਦਾ ਜੀ ਤੁਸੀਂ ਸੋਚੋ ਕਿ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਆਪਣਾ ਦਿਮਾਗ ਵੀ ਸਾਨੂੰ ਲਾਉਣਾ ਚਾਹੀਦਾ ਕਿ ਜੇ ਬਚਦਾ ਨਾ ਹੋਵੇ ਛੋਟੀਆਂ ਛੋਟੀਆਂ ਦੁਕਾਨਾਂ ਤੋਂ ਏਡੇ ਏਡੇ ਸ਼ੋਰੂਮ ਖੋਲ ਕੇ ਬਹਿ ਗਏ ਜੀ ਜੀ ਸਾਡੇ ਜਿਹੜੇ ਬੌਸ ਨੇ ਉਹ ਕਹਿੰਦੇ ਬਚਦਾ ਬਾਕੀ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਬਾਈ ਜੀ 25-30 ਕਿੱਲਿਆਂ ਦੀ ਖੇਤੀ ਕਰਦੇ ਸੀਗੇ ਦੋਦਾ ਪਿੰਡ ਹੈ ਮਨਦੀਪ ਸਿੰਘ ਜੀ ਤੁਸੀਂ ਇਹਨਾਂ ਤੋਂ ਖੁਦ ਪੁੱਛ ਲਓ ਜੀ ਜੀ ਆਪਾਂ ਬਾਈ ਜੀ ਨੇ ਗੱਲ ਕਰਦੇ ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮਨਦੀਪ ਸਿੰਘ ਮੇਰਾ ਨਾਮ ਹੈ ਜੀ ਦੋਦਾ ਮੇਰਾ ਪਿੰਡ ਹੈ ਜ਼ਿਲ੍ਹਾ ਜੀ ਜ਼ਿਲ੍ਹਾ ਪਟਿਆਲਾ ਜੀ ਤੁਸੀਂ ਮਤਲਬ ਕਿ ਇਸ ਤੋਂ ਪਹਿਲਾਂ ਕੀ ਕਰਦੇ ਸੀ ਜੀ ਇਸ ਤੋਂ ਪਹਿਲਾਂ ਖੇਤੀ ਕਰਦੇ ਸੀਗੇ ਜੀ ਤੁਸੀਂ ਇਹ ਮਾਡਲ ਲਿਆ ਹਾਂਜੀ ਨਹੀਂ ਵੀਡੀਓ ਦੇਖੀ ਸੀ ਇੱਕ ਇਹਨਾਂ ਨੇ ਅਸੀਂ ਪਹਿਲਾਂ ਵੀਡੀਓ ਦੇਖੀ ਸੀਗੀ ਜੀ ਸਰ ਦੀ ਜੀ ਤੇ ਫਿਰ ਉਸ ਤੋਂ ਬਾਅਦ ਅਸੀਂ ਕਾਫੀ ਦੁਕਾਨਦਾਰਾਂ ਨੂੰ ਵੀ ਪੁੱਛਿਆ ਤੇ ਕਾਫੀ ਹੋਰ ਬੰਦਿਆਂ ਨੂੰ ਵੀ ਪੁੱਛਿਆ ਉਹ ਰਾਹ ਨਹੀਂ ਪਈ ਗੱਲ ਨਹੀਂ ਰਾਹ ਨਹੀਂ ਉਹ ਕਹਿੰਦੇ ਵੀ ਕੁਛ ਨਹੀਂ ਹੈਗਾ ਵੀ ਅਸੀਂ ਤਾਂ ਆਪ ਤੰਗ ਹੋਏ ਬੈਠੇ ਆ ਸਮਾਨ ਕਿੱਥੋਂ ਲਾਉਂਗੇ ਹਾਂ ਕਿੱਥੋਂ ਲਾਉਂਗੇ ਤੁਹਾਨੂੰ ਕੋਈ ਇਦਾਂ ਲੁੱਟ ਲੂਗਾ ਜਾਂ ਇਦਾਂ ਹੋ ਜਾਊਗਾ ਤੇ ਫਿਰ ਅਸੀਂ ਸੁਖਪਾਲ ਸਰ ਨੂੰ ਮਿਲੇ ਜੀ ਤੇ ਗੱਲ ਹੋਈ ਉਸ ਤੋਂ ਬਾਅਦ ਅਸੀਂ ਸੈਟਅਪ ਲੈਤਾ ਤੇ ਇਹ ਸਾਰਾ ਇਹਨਾਂ ਨੇ ਸਾਨੂੰ ਕਰਕੇ ਦਿੱਤਾ ਬਹੁਤ ਵਧੀਆ ਤਰੀਕੇ ਨਾਲ ਜੀ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੁਣ ਜੀ ਤੇ 3 ਦਿਨ ਹੋ ਗਏ ਸਾਨੂੰ ਬਹੁਤ ਵਧੀਆ ਕਮਾਈ ਹੈ ਇਹਦੇ ਵਿੱਚੋਂ ਜੀ ਕਹਿ ਸਕਦੇ ਹਾਂ ਹਾਂਜੀ ਕਹਿ ਵੀ ਮਨ ਨੂੰ ਪੂਰੀ ਤਸੱਲੀ ਹੈ ਇਸ ਤਰ੍ਹਾਂ ਦੀ ਐਡਮਨ ਹੋਈ ਹੈ ਨਾ ਤੁਹਾਨੂੰ ਹਲੇ ਕੋਈ ਮਾਡਲ ਦਾ ਨਹੀਂ ਪਤਾ ਵੀ ਆਪਾਂ ਕਿਵੇਂ ਕਿੱਥੋਂ ਲੈਣਾ ਹੈ ਹਾਂਜੀ ਹਾਂ ਸਾਨੂੰ ਨਹੀਂ ਇੱਕ ਨਵੇਂ ਬੰਦੇ ਨੂੰ ਕੀ ਪਤਾ ਹੁੰਦਾ ਜੀ ਇੱਕ ਖੇਤੀ ਵਾਲੇ ਬੰਦੇ ਨੂੰ ਕੁਛ ਨਹੀਂ ਪਤਾ ਕਿ ਮੈਂ ਕਿਹੜੀ ਚੀਜ਼ ਕਿੱਥੋਂ ਲੈਣੀ ਆ ਕਿਹੜੀ ਕਿੱਥੋਂ ਲੈਣੀ ਆ ਜੀ
ਖੁਦ ਇੱਕ ਉਹ ਕਰਕੇ ਗਾਈਡ ਕਰਕੇ ਜੀ ਸਾਰਾ ਪ੍ਰੋਵਾਈਡ ਕਰੋ। ਭਰੋਸਾ ਹੋਇਆ ਤੇ ਭਰੋਸਾ ਟੁੱਟਿਆ ਨਹੀਂ ਜੀ ਹਨ ਨਹੀਂ। ਇਹ ਸਮਾਨ ਫ੍ਰਿਜ ਵਗੈਰਾ ਘਟ ਗਏ ਆਪਣੇ ਕੋਲੇ ਵਿਕ ਗਏ ਹਾਂਜੀ। ਫਿਰ ਇਹ ਤੁਸੀਂ ਇਹ ਕੌਣ ਕਰ ਦੇਣੀ ਹੁਣ ਇਹਨਾਂ ਨੂੰ ਪੁੱਛੋ ਜੀ। ਕੱਲ ਇਹਨਾਂ ਦੇ ਫ੍ਰਿਜ ਵਿਕ ਗਿਆ ਮੂਰਲਾ, ਅੱਜ ਸਵੇਰੇ ਇਹਨਾਂ ਕੋਲੇ ਆਪਣੇ ਆਪ ਹੀ ਪਹੁੰਚ ਗਿਆ, ਇਹਨਾਂ ਨੂੰ ਪਤਾ ਵੀ ਨਹੀਂ। ਤੁਸੀਂ ਕਿਹਾ ਸੀ ਜੀ ਵੀ ਸਾਨੂੰ ਆਹ ਰੇਟ ਦੇ ਫ੍ਰਿਜ ਚਾਹੀਦੇ ਨੇ, ਕਾ ਆਟੋਮੈਟਿਕ ਪਹੁੰਚ ਗਈ ਜੀ? ਨਹੀਂ ਇਦਾਂ ਹੀ ਜੀ। ਹੁਣ ਇਹ ਜਿਹੜਾ ਤੁਹਾਨੂੰ ਦੱਸਿਆ ਜੀ ਮੈਂ ਮੋਟਰਸਾਈਕਲ ਦੇ ਨਾਲ, ਇਹ ਅਸੀਂ ਕੂਪਨ ਫ੍ਰੀ ਦਿੰਨੇ ਆ। ਓਕੇ ਜੀ। ਮੰਨ ਲਓ ਕੋਈ ਆਈਟਮ ਲੈ ਰਿਹਾ ਕੋਈ, ਹਾਂਜੀ, ਕਿੰਨੇ ਤੱਕ? ਇਹ ਮੰਨ ਕੇ ਚਲੋ ਇੱਥੇ ਜੀ ਕੋਈ 1000 ਦੀ ਚੀਜ਼ ਪਈ ਹੈ, 1100 ਦੀ, 1000-1100 ਦੀ ਚੀਜ਼ ਪਈ ਹੈ ਜੀ ਜੀ, ਤਾਂ ਅਸੀਂ ਉਹਨੂੰ ਇਹ ਕੂਪਨ 1000 ਰੁਪਏ ਦੇ ਵਿੱਚ ਜਿਹੜਾ ਮੋਟਰਸਾਈਕਲ ਆ ਫ੍ਰੀ ਦੇ ਰਹੇ ਹਾਂ ਜੀ। ਦੂਜੀ ਇੱਕ ਗੱਲ ਹੋਰ ਬਹੁਤ ਵੱਡੀ ਹੈ ਜੀ ਜੀ ਜੀ, ਕਿ ਆਹ ਜਿਹੜਾ ਕੂਪਨ ਹੈ ਇਹ ਅਸੀਂ ਸਿਰਫ ਸਾਡੇ ਸਮਾਨ ਲੈ ਕੇ ਨਹੀਂ ਗਿਆ, ਦੇਖਣ ਆਇਆ। ਸ਼ੋਰੂਮ ਤੇ ਕੋਈ ਆਇਆ ਮੇਰੇ ਵਰਗਾ ਦੇਖਣ ਲਈ ਸਮਾਨ ਪਸੰਦ ਆਇਆ ਜਾਂ ਨਹੀਂ, ਉਹਨੂੰ ਆ ਕੂਪਨ ਦਿੱਤਾ, ਇਹ ਫ੍ਰੀ ਦੇ ਰਿਹਾ। ਇਹਦੇ ਵਿੱਚ ਕੀ ਆ? ਕੀ ਕੁਛ ਵੀ ਨਹੀਂ ਖਰੀਦਿਆ, ਇਹ ਚ ਹਰ ਮਹੀਨੇ ਗਿਫਟ ਨਿਕਲਦਾ ਜੀ, 12 ਮਹੀਨੇ ਨਿਕਲਣਾ ਗਿਫਟ ਜੀ, ਉਹਨੂੰ ਗਿਫਟ ਜੇ ਨਿਕਲਿਆ ਤਾਂ ਉਹਦਾ ਫ੍ਰੀ ਦਾ ਉਹ ਜੀ। ਹਾਂਜੀ, ਸਿਰਫ ਦੇਖਣ ਆਇਆ, ਫ੍ਰੀ ਲੈ ਆ ਸਕਦਾ ਸਮਾਨ? ਹਾਂਜੀ, ਫ੍ਰੀ ਲੈ ਜਾ ਸਕਦਾ ਉਹ। ਇਹ ਵੀ ਬਹੁਤ ਵੱਡਾ ਬੈਨੀਫਿਟ, ਜੇ ਕੋਈ ਲੈ ਗਿਆ ਖਰੀਦ ਕੇ, ਘੱਟੋ ਘੱਟ ਸਾਡੇ ਤੇ ਛੋਟੀ ਆਈਟਮ ਬੱਲਬ ਪੱਖੇ ਕੋਈ ਵੀ ਆਈਟਮ ਉਹਨੂੰ ਚਾਹੀਦੀ ਹੈ ਤਾਂ ਉਹ 1000 ਰੁਪਏ ਦੀ ਉਹਨੇ ਖਰੀਦਦਾਰੀ ਕਰ ਲਈ, ਤਾਂ ਇਹ ਜਿਹੜਾ ਅਗਲੇ ਮਹੀਨੇ ਅਸੀਂ ਮੋਟਰਸਾਈਕਲ ਕੱਢ ਰਹੇ ਹਾਂ ਤੁਹਾਨੂੰ ਦਿਖਾਇਆ ਜੀ ਜੀ, ਇਹ ਉਹਨੂੰ ਕੂਪਨ ਹੈ ਉਹਦੇ ਨਾਲ ਫ੍ਰੀ ਦੇ ਰਹੇ ਹਾਂ, ਇਹਦਾ ਕੋਈ ਪੈਸਾ ਨਹੀਂ ਲੈ ਰਹੇ, ਸਿਰਫ 1000 ਰੁਪਏ ਦੀ। ਕਹਿਣ ਦਾ ਮਤਲਬ ਕੂਲਰ ਫ੍ਰਿਜ ਸਾਰਾ ਕੁਝ ਸਮਾਨ ਪਿਆ, ਇਹਨਾਂ ਦੇ ਤਿੰਨ ਤਿੰਨ ਆਫਰ ਹੋ ਗਏ ਜੀ, ਇੱਕ ਤਾਂ ਕੈਸ਼ਬੈਕ ਹੋ ਗਿਆ, ਪੁਰਾਣੀ ਚੀਜ਼ ਕੱਟ ਰਹੇ ਨੇ, ਤੀਸਰਾ ਕੂਪਨ ਵੀ ਮਿਲ ਰਿਹਾ। ਹਾਂਜੀ, ਪਹਿਲਾ ਫਾਇਦਾ ਤਾਂ ਦੇਖੋ ਹੋ ਗਿਆ, ਉਹ ਆਪਣੀ ਪੁਰਾਣਾ ਜਿਹੜਾ ਕਵਾੜ ਪਿਆ ਘਰ ਜੀ ਜੀ, ਕਦੇ ਵਿਚਾਰਾ ਚੱਕ ਕੇ ਤੂੜੀ ਵਾਲੇ ਚੋਂ ਸਟੋਰ 'ਚ ਕਰਦਾ, ਸਟੋਰ 'ਚੋਂ ਚੱਕ ਕੇ ਰਸੋਈ ਦੇ ਉੱਤੇ ਰੱਖ ਦਿੰਦਾ ਜੀ, ਟੱਬਰ ਆਪ 'ਚ ਲੜ ਪੈਂਦਾ ਵੀ ਤੂੰ ਉਹਨੂੰ ਸਾਂਭਦੇ ਤੂੰ ਸਾਂਭਦੇ ਜੀ। ਪਹਿਲਾ ਫਾਇਦਾ ਤਾਂ ਇਹ ਹੈ ਕਿ ਉਹ ਲਿਆ ਉਹਦਾ ਕਵਾੜ ਦੀ ਕੀਮਤ ਜਿਹੜੀ 5000 ਰੁਪਇਆ ਪੈ ਗਈ ਜੀ। ਦੂਜਾ ਫਾਇਦਾ ਉਹਨੂੰ ਇੱਕ ਫ੍ਰੀ ਵਾਲਾ ਕੂਪਨ ਵੀ ਨਾਲ ਮਿਲ ਗਿਆ ਜੀ। ਤੀਸਰਾ ਫਾਇਦਾ ਕੀ ਹੈ ਜੀ, ਉਹਨੂੰ ਨਾਲ ਮੋਟਰਸਾਈਕਲ ਦਾ ਜਿਹੜਾ ਕੂਪਨ ਹੈ ਉਹ ਫ੍ਰੀ ਮਿਲ ਗਿਆ। ਉਹਦੇ ਘਰੇ ਹੋ ਸਕਦਾ ਹੈ ਉਹਦੇ ਸਾਥੋਂ ਬੈੱਡ ਲੈ ਗਿਆ, ਪੱਖਾ ਲੈ ਗਿਆ, ਅਲਮੀਰਾ ਲੈ ਗਿਆ, ਸੋਫਾ ਲੈ ਗਿਆ, ਕੂਲਰ ਲੈ ਗਿਆ, ਹੈ ਨਾ, ਵਾਸ਼ਿੰਗ ਮਸ਼ੀਨ ਲੈ ਗਿਆ, ਹੋ ਸਕਦਾ ਇਹ ਨਾਲ ਉਹਦੇ ਮੋਟਰਸਾਈਕਲ ਘਰੇ ਫ੍ਰੀ 'ਚ ਆ ਜੇ, LED ਲੈ ਗਿਆ। ਚੌਥਾ ਮਿਲ ਗਿਆ ਕੂਪਨ ਵਾਲਾ 2100 ਕੈਸ਼ ਕਟਾਉਣ ਲਈ, ਨਹੀਂ ਹੈਗਾ ਕੁਛ ਜੀ ਕਟਾਉਣ ਲਈ। ਬਹੁਤ ਵੱਡੀ ਆਫਰ ਹੈਗੀ ਕਿ ਕਈ ਲੋਕਾਂ ਨੇ ਨਵੀਆਂ ਕੋਠੀਆਂ ਪਾਈਆਂ ਨੇ ਪਰ ਉਹਨਾਂ ਕੋਲੇ ਪੁਰਾਣਾ ਸਮਾਨ ਹੈ ਨਹੀਂ ਜੀ, ਤਾਂ ਉਹਦੇ ਨਾਲ ਇਹ ਤੁਸੀਂ ਸਾਰੇ ਦੇਖ ਰਹੇ ਹੋ, ਬੈੱਡਾਂ ਦੇ ਉੱਪਰ ਵੀ ਤੇ ਫਰਿੱਜਾਂ ਦੇ ਉੱਪਰ ਵੀ, ਸਾਰੇ ਕੂਲਰਾਂ ਦੇ ਵੱਡੇ ਆਈਟਮਾਂ ਦੇ ਸਭ ਤੇ ਲੱਗਿਆ ਹੋਇਆ ਹੈ, ਲੱਗਿਆ ਹੋਇਆ ਜੀ ਜੀ। ਪਰ ਇਹ ਅਸੀਂ ਛੋਟੇ ਹੁੰਦੇ ਕਈ ਵਾਰ ਸੋਚਦੇ ਹੁੰਦੇ ਸੀ ਵੀ ਸਾਡੇ ਘਰਾਂ 'ਚ ਇਹੀ ਚੀਜ਼ ਆ ਜਾਊ ਕਿਤੇ ਜੀ, ਹੁਣ ਅਸੀਂ ਗਰੀਬ ਘਰਾਂ ਲਈ ਵੀ ਉਹ ਚੀਜ਼ ਪੈਦਾ ਕਰ ਦਿੱਤੀ ਕਿ ਤੁਹਾਡਾ ਪੁਰਾਣਾ ਜਿਹੜਾ ਆਪਣੀ ਬੇਬੇ ਉਹਨਾਂ ਨੂੰ ਮਿਲਦੇ ਹੁੰਦੇ ਸੀਗੇ ਸ਼ੁਰੂ 'ਚ ਜੀ, ਉਹ ਬੈੱਡ ਵੀ ਉਹਦੇ 5000 'ਚ ਕੱਟੇ ਜਾ ਰਹੇ ਨੇ, ਨਾਲ ਦੋ ਕੂਪਨ ਮਿਲ ਰਹੇ, ਨਾਲ ਕੂਪਨ ਮਿਲ ਰਹੇ ਨੇ। ਤੁਸੀਂ ਬਹਿ ਕੇ ਦੇਖੋ ਔਰ ਪੈ ਕੇ ਦੇਖੋ ਔਰ ਫੀਲਿੰਗ ਐਂ ਆਉਂਦੀ ਹੈ ਵੀ ਜਿਵੇਂ ਮਹਾਰਾਜਾ ਵਾਲੇ ਬੈੱਡ 'ਤੇ ਪਏ ਹੋਏ ਆ। ਹਾਂਜੀ, ਇੰਨੀ ਜ਼ਬਰਦਸਤ ਚੀਜ਼ ਹੈ। ਉੱਪਰ ਜੀ ਸੋਫਾ ਸੈੱਟ ਲੱਗੇ ਹੋਣੇ ਵੈਸੇ, ਉੱਪਰ ਸੋਫਾ, ਵਾਸ਼ਿੰਗ ਮਸ਼ੀਨ ਜੀ ਗੱਦੇ 15-15 ਸਾਲ ਦੀ ਗਰੰਟੀ ਵਾਲੇ ਜੀ। ਵਾਸ਼ਿੰਗ ਮਸ਼ੀਨ ਤਾਂ ਹਰ ਘਰ ਦਾ ਇੱਕ ਗਹਿਣਾ ਬਣ ਚੁੱਕੀ ਜੀ ਜੀ, ਵੀ ਮੈਂ ਇੰਨੀ ਮਹਿੰਗੀ ਵਾਸ਼ਿੰਗ ਮਸ਼ੀਨ ਕਿੱਥੋਂ ਲਵਾਂ। ਔਰ ਤੁਹਾਨੂੰ ਇਹ ਵੀ ਦੱਸ ਦਿੰਦਾ ਜੀ, ਹੁਣ ਜਿਹੜੀ ਵਾਸ਼ਿੰਗ ਮਸ਼ੀਨ ਆ ਇਹ ਤੁਸੀਂ ਦੇਖੋ 13,999 ਦੀ ਸੀਗੀ ਜੀ, 2499 2500 ਰੁਪਇਆ ਡਿਸਕਾਊਂਟ ਹੋ ਗਿਆ ਕੰਪਨੀ ਵੱਲੋਂ, 11,500 ਰਹਿ ਗਿਆ ਜੀ, ਉਹਦੇ ਉੱਤੇ 5000 ਰੁਪਇਆ ਉਹਦੇ ਪੁਰਾਣੀ ਕੱਟੀ ਬਾਹਰ ਟੁੱਟੀ ਮਸ਼ੀਨ ਪਈ, ਜਿਹੜੀ ਟੁੱਟੀ ਪਈ ਜਿਹੜੀ ਬਾਹਰ ਪਈ ਹੈ 6500 ਦੀ ਰਹਿ ਗਈ, ਸਿਰਫ 6500 ਦੀ ਰਹਿ ਗਈ ਜੀ। ਇਹ ਮਸ਼ੀਨ, ਇਹ ਮਸ਼ੀਨ 6500 ਰੁਪਏ ਦੀ, 6500 ਰੁਪਏ ਦੀ ਜੀ। ਹੁਣ ਤੁਸੀਂ ਲਾ ਲਓ ਇਦੋਂ ਉੱਤੋਂ ਦੀ ਸਸਤਾ ਕੀ ਹੋਊਗਾ, ਤੇ ਉਹ ਕੂਪਨ ਇਹਦੇ ਨਾਲ ਮਿਲਣਗੇ, ਉਹ ਕੂਪਨ ਮੋਟਰਸਾਈਕਲ ਦਾ ਕੂਪਨ ਇਹਦੇ ਨਾਲ ਮਿਲੂਗਾ ਜੀ, ਜਿਹੜਾ ਫ੍ਰੀ ਵਾਲਾ ਕੂਪਨ ਹੈ ਉਹ ਇਹਦੇ ਨਾਲ ਮਿਲੂਗਾ। ਗੈਸ ਚੁੱਲ੍ਹਾ ਵੀ ਕੱਟ ਰਿਹਾ ਜੀ, ਪੁਰਾਣਾ ਬਿਜਲੀ ਵਾਲਾ ਚੁੱਲ੍ਹਾ ਵੀ ਕੱਟ ਰਿਹਾ, ਸਾਰਾ ਕੁਛ। ਹਾਂਜੀ, ਇਸੇ ਤਰ੍ਹਾਂ ਤੁਸੀਂ ਕੋਈ ਵਾਸ਼ਿੰਗ ਮਸ਼ੀਨ ਲੈ ਲਓ, ਜੇ ਵਾਸ਼ਿੰਗ ਮਸ਼ੀਨ ਦੇ ਉੱਤੇ ਤੁਹਾਨੂੰ ਕੋਈ ਚੀਜ਼ ਕਟਾਉਣ ਨੂੰ ਨਹੀਂ ਹੈਗੀ ਤਾਂ ਹਰੇਕ ਚੀਜ਼ ਨਾਲ ਇਹ ਸਕ੍ਰੈਚ ਕਾਰਡ ਹੈ ਜਿਹਦੇ ਵਿੱਚ 2100 ਤੋਂ ਲੈ ਕੇ 11000 ਤੱਕ ਆਉਣਾ ਹੀ ਆਉਣਾ ਜੀ। ਕਈ ਵਾਰ ਸਾਤੋਂ ਫੋਨ ਨਹੀਂ ਚੱਕਿਆ ਜਾਂਦਾ, ਫੋਨ ਹੀ ਇੰਨੇ ਇਕੱਠੇ ਹੋ ਜਾਂਦੇ ਨੇ, ਵੱਜ ਜਾਂਦੇ ਨੇ, ਹੈ ਨਾ। ਸਾਡਾ ਸਟਾਫ ਹੈ ਜਿਹੜਾ 9 ਵਜੇ ਤੋਂ ਲੈ ਕੇ 5 ਵਜੇ ਤੱਕ ਫੋਨ ਚੱਕਦਾ, ਉਦੋਂ ਬਾਅਦ ਉਹ ਛੁੱਟੀ ਹੋ ਜਾਂਦੀ ਹੈ ਜੀ ਜੀ। ਵੀ ਕੁਆਲਿਟੀ ਵੀਡੀਓ ਦੀ ਅੱਧੀ ਕੱਚੀ ਪੱਕੀ ਗੱਲ ਹੁੰਦੀ ਹੈ ਕਈ ਵਾਰ, ਲੋਕੀ ਕਹਿੰਦੇ ਨੇ ਵੀ ਇਦਾਂ ਹੁੰਦਾ, ਅਸੀਂ ਕਹਿੰਦੇ ਹਾਂ ਵੀ ਵੀਡੀਓ ਦੇਖ ਲਈ, ਉਦੋਂ ਬਾਅਦ ਤੁਸੀਂ ਉਹੀ ਚੀਜ਼ ਸੇਮ ਇੱਥੇ ਆ ਕੇ ਦੇਖੋ ਜੀ, ਹੈ ਨਾ। ਤੁਹਾਨੂੰ ਕੁਆਲਿਟੀ, ਤੁਹਾਨੂੰ ਇਹ ਚੀਜ਼ ਸਾਰੀ ਸਾਹਮਣੇ ਅੱਖੀਂ ਦੇਖ ਕੇ ਨਜ਼ਾਰਾ ਕੁਛ ਹੋਰ ਹੈ, ਅਸੀਂ ਕਹਿੰਦੇ ਹਾਂ ਵੀ ਤੁਸੀਂ ਆਓ ਸ਼ੋਰੂਮ ਵਿਜ਼ਿਟ ਕਰੋ, ਉਹੀ ਹੈ ਜੀ ਕੁਆਲਿਟੀ ਦਾ ਦੇਖ ਕੇ ਪਤਾ ਲੱਗਦਾ, ਦੇਖ ਸਕਦੇ ਵੀ ਇੰਨੀ ਜ਼ਿਆਦਾ ਟਾਇਟ ਆ ਵੀ ਉਹ ਲੱਗੇ ਪਤਾ ਲੱਗ ਰਿਹਾ ਜੀ। ਸਰ ਕੁਆਲਿਟੀ ਅਸੀਂ ਮੇਨਟੇਨ ਨਾ ਕਰਦੇ ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਇਦਾਂ ਦੇ ਸ਼ੋਰੂਮ ਨਾ ਖੋਲ, ਨਹੀਂ ਹੁੰਦੇ, ਇੱਕ ਵਾਰੀ ਮੁਸ਼ਕਲ ਖੁੱਲਦਾ ਆਪਾਂ ਨੂੰ ਪਤਾ ਅੱਜ ਕੱਲ੍ਹ ਤਾਂ ਦੂਜਾ ਚੱਲਦਾ ਨਹੀਂ ਜੀ, ਹੈ ਨਾ, ਜੇ ਕੁਆਲਿਟੀ ਨਾ ਹੋਵੇ। ਹੁਣ ਇਹ ਕੂਲਰ ਸ਼ੁਰੂ ਹੋ ਗਏ, ਗਰਮੀਆਂ ਦਾ ਸੀਜ਼ਨ ਆ ਗਿਆ ਜੀ, ਤੇ ਇਹ ਮੈਨੂੰ ਲੱਗਦਾ ਕੂਲਰ ਨਹੀਂ ਤਾਂ 69 ਗੇਰਾਂ ਜੀ, ਹੈ ਨਾ, ਇਹ ਤਾਂ 69
ਇੱਕ ਤੁਸੀਂ ਹੁਣ ਇਹ ਸਸਤਾ ਲੈ ਗਏ ਜੀ, ਹੁਣ ਤੁਸੀਂ ਕੂਲਰ ਨਾਲ ਦੋ ਕਾਰਡ ਮਿਲ ਗਏ, ਨਾਲ ਤੁਹਾਨੂੰ ਸਕ੍ਰੈਚ ਕਾਰਡ ਜੇ ਨਹੀਂ ਕਟਾਉਣ ਨੂੰ ਹੈਗਾ ਉਹ ਮਿਲ ਗਿਆ, ਮੋਟਰਸਾਈਕਲ ਦਾ ਕੂਪਨ ਮਿਲ ਗਿਆ। 1100 ਗਾਹਕਾਂ ਲਈ ਇਹ ਸਕੀਮ ਇਹ ਜੀ, ਇਸ ਕਰਕੇ ਨਾਭਾ ਵਾਸੀ ਹੋਏ, ਭਵਾਨੀਗੜ੍ਹ ਵਾਸੀ ਹੋਏ, ਸਰਹੰਦ ਵਾਸੀ ਹੋਏ, ਹੁਣ ਤੁਸੀਂ ਆਹ ਕੂਲਰ ਲਾ ਲਓ ਜੀ, ਆਹ ਕੂਲਰ ਪੈਣੇ ਇਹਨਾਂ ਨੇ ਕਿੰਨੀ ਕੁ ਹਵਾ ਜੀ ਕਹਿ ਸਕਦੇ ਹੋ, ਚਲਾ ਕੇ ਦਿਖਾ ਦਿੰਦੇ ਹਾਂ ਸਰ, ਜਾ ਰਹੀ ਹੈ ਪਿੱਛੇ ਤੱਕ, ਤੁਸੀਂ ਆਪ ਹਵਾ ਦੇਖੋ ਇਹਦੀ, ਚਾਰ ਪੰਜ ਮੰਜੇ ਤੱਕ ਜਾ ਰਹੀ ਹੈ, ਪੰਜ ਤੱਕ ਜੀ। ਹਾਂਜੀ ਹਾਂ, ਕੀ ਇਹਦਾ ਮਤਲਬ ਪ੍ਰਾਈਸ ਵਗੈਰਾ ਹਿਸਾਬ? ਪ੍ਰਾਈਸ ਸਰ ਇਹਦਾ ਇਹ ਤੁਹਾਡਾ ਪੁਰਾਣਾ ਕੂਲਰ ਕੱਟ ਕੇ ਸਿਰਫ 3800 ਦਾ ਪਊਗਾ। 3800 ਦਾ? ਹਾਂਜੀ, ਮਤਲਬ 3800 ਦਾ ਰਹਿ ਗਿਆ ਇਹ, 3800 ਦਾ ਰਹਿ ਗਿਆ ਜਮਾ ਕਵਾੜ ਕੂਲਰ ਕੱਟ ਕੇ, ਜਮਾ ਕਵਾੜ ਕੂਲਰ ਕੱਟ ਕੇ ਤੁਹਾਡਾ ਸਿਰਫ 3800 ਦਾ ਰਹਿ ਗਿਆ, ਤੇ ਨਾਲ ਕਾਰਡ ਜੀ ਪੈਣੇ। ਇਹ ਕਾਰਡ ਤਾਂ ਹੈ ਸਰ, ਇਹ ਜਿਹੜੇ ਦਰਸ਼ਕ ਦੇਖ ਰਹੇ ਨੇ ਕਿ ਤੁਹਾਡੇ ਕੋਲੇ ਪੁਰਾਣਾ ਕਟਾਉਣ ਨੂੰ ਨਹੀਂ ਹੈਗਾ, ਨਹੀਂ ਹੈਗਾ, ਤੁਸੀਂ ਕੂਲਰ ਲੈਣਾ ਤਾਂ ਤੁਹਾਨੂੰ ਇਹ ਨਾਲ ਸਕ੍ਰੈਚ ਕਾਰਡ ਹੈ ਜਿਹਦੇ ਵਿੱਚ 2100 ਤੋਂ 11000 ਤੱਕ ਨਾਮ ਆ, ਜੇ ਕਟਾਉਣ ਨੂੰ ਹੈਗਾ ਤਾਂ ਤੁਹਾਨੂੰ ਪਿਆ 3800 ਦਾ ਜੀ। ਇਹ ਹਨੀ ਪੈਡ ਵਾਲਾ ਕੂਲਰ ਹੈ ਜੀ, ਜੀ ਦੇਖ ਲਓ, ਔਰ ਇਹ ਵੀ ਡਰ ਨਹੀਂ ਹੈਗਾ ਕਿ ਬੱਚੇ ਦੇ ਕਰੰਟ ਲੱਗ ਜੂਗਾ ਜੀ, ਪਲਾਸਟਿਕ ਦਾ ਕੂਲਰ ਹੈ, ਰੋੜ ਕੇ ਜਿੱਥੇ ਮਰਜ਼ੀ ਲੈ ਜਾਓ। ਕਿੰਨਾ ਪ੍ਰਾਈਸ ਰੱਖਿਆ ਦਾ ਨੋਰਮਲ? ਇਹਦਾ ਨੋਰਮਲ ਸਰ 3800 ਕੱਟ ਕੇ ਹੈ ਜੀ, ਜੇ ਉਹਦਾ ਨਹੀਂ ਹੈਗਾ ਉਹਦੇ ਕੋਲ ਕਟਾਉਣ ਨੂੰ ਤਾਂ ਇਹ ਸਕ੍ਰੈਚ ਕਾਰਡ ਹੈ, ਤੁਸੀਂ ਇਹਨੂੰ ਇੱਕ ਵਾਰੀ 11000 ਰੁਪਇਆ ਆ ਗਿਆ ਜੀ, ਮਤਲਬ ਲਿਖਿਆ ਹੋਇਆ ਤੇ ਇਹ ਚੋਂ 11000 ਆ ਗਿਆ ਜੀ ਜੀ, ਤਾਂ ਇਹ ਕੂਲਰ ਵੀ ਦੇਵਾਂਗੇ, ਠੀਕ ਹੈ, ਪੈਸਾ ਕੋਈ ਨਹੀਂ ਲੈਂਦੇ, 2200 ਰੁਪਇਆ ਨਾਲ ਦੇਵਾਂਗੇ, ਦੇਵੋਂਗੇ ਨਾਲ ਨਾਲ ਦੇਵਾਂਗੇ ਜੀ। 2100 ਤੋਂ 11000 ਤੱਕ ਨਿਕਲ ਸਕਦਾ, 5000 ਨਿਕਲੇ, 5500 ਨਿਕਲੇ, ਜਿੰਨਾ ਮਰਜ਼ੀ ਨਿਕਲੇ ਜੀ, ਗਰਮੀ ਆ ਰਹੀਆਂ ਨੇ ਅੱਗੇ ਜਾ ਕੇ ਮਹਿੰਗੇ ਹੋ ਜਾਂਦੇ ਨੇ ਜੀ, ਇਸੇ ਤਰ੍ਹਾਂ ਗੱਦੇ ਪਏ ਨੇ, ਇਹਨਾਂ ਦੀ ਸਭ ਤੋਂ ਵੱਡ ਦਿੱਕਤ ਆ ਜੀ ਚਿੱਪ ਜਾਂਦੇ ਨੇ 6 ਮਹੀਨੇ ਬਾਅਦ ਜੀ ਸਰ, 15 ਸਾਲ ਦੀ ਗਰੰਟੀ ਹੈ ਗੱਦਿਆਂ ਦੀ, ਤੁਸੀਂ ਆਹ ਗੱਦਾ ਚੱਕ ਲਓ ਜੀ, ਨੀਚੇ ਲੈ ਚੱਲੋ, ਰੋਡ ਦੇ ਉੱਤੇ ਧਰ ਦਿਓ, ਜਿੰਨੀਆਂ ਗੱਡੀਆਂ ਲੰਘਾਉਣੀਆਂ ਨੇ ਲੰਘਾ ਲਓ, ਇਹਦੇ ਕਾਰ ਚੜਾ ਕੇ ਚੈੱਕ ਕਰ ਰਹੇ, ਨਾਲ ਇਹਨਾਂ ਦੀ ਵੀ ਦੱਸ ਦਿਓ ਗੱਡੀ ਕੀ ਰੇਟ ਹੋ ਜਾਂਦਾ ਅੱਜ। ਇਹ ਸਰ ਨੋਰਮਲੀ ਵੀ ਆਪਣੇ ਜਦੋਂ ਆਪਾਂ ਸਿੰਗਲ ਗੱਦਾ ਕਹਿੰਦੇ ਹਾਂ, ਬੱਚਿਆਂ ਨੇ ਰੋਟੀ ਖਾਣੀ ਆ ਥੱਲੇ ਬਿਠਾ ਕੇ ਉੱਤੇ ਖਰਾਬ ਕਰ ਦਿੰਦੇ ਨੇ, ਉਹਦੇ ਲਈ ਅਸੀਂ ਇਹ 1100 ਦਾ ਗੱਦਾ ਪੇਸ਼ ਕੀਤਾ, ਇੱਕ 1100 ਦਾ ਗੱਦਾ, ਮੋਟਰਸਾਈਕਲ ਨਿਕਲ ਸਕਦਾ ਨਾਲ ਇਹਦੇ ਨਾਮ? ਬਿਲਕੁਲ, ਨਾਲ ਇਹਦੇ ਕਾਰਡ ਮਿਲੂਗਾ ਜੀ, ਇਹਦੇ ਮੋਟਰਸਾਈਕਲ ਨਿਕਲੂਗਾ, ਗਿਫਟ ਵਾਲਾ ਜਿਹੜਾ ਕੂਪਨ ਹੈ ਫ੍ਰੀ ਮਿਲੂਗਾ ਜੀ। ਹੁਣ ਤੁਸੀਂ ਗੱਦਾ ਦੇਖ ਲਓ, ਸਿਰਫ 1100 ਦਾ, 1100 ਦੀ ਅੱਜ ਚਾਦਰ ਨਹੀਂ ਆਉਂਦੀ ਜੀ, ਅਸੀਂ ਗੱਦਾ ਦੇ ਰਹੇ ਹਾਂ 1100 ਦਾ ਜੀ, ਇਹ ਹੇਠਾਂ ਚੈੱਕ ਕਰਦੇ ਜੀ, ਪ੍ਰੈਸ ਟੇਬਲ ਲੈ ਜਾਓ, ਕਰ ਲੈਣਾ ਗੱਦੇ ਨਹੀਂ ਸਰ ਆਪਾਂ ਇੱਕ ਵਾਰ ਜੀ। ਹਾਂਜੀ ਹਾਂ ਬਿਲਕੁਲ, ਕੋਈ ਵੀ ਗੱਡੀ ਰਿਹਾ ਵੀ ਇਹ, ਤੁਸੀਂ ਗੱਡੀ ਵਾਲੇ ਦੇਖੋ, ਗੱਡੀ ਵਾਲੀ ਵੀਰ ਆ ਰਿਹਾ, ਸਿੱਟੋ ਇੱਕ ਵਾਰੀ ਇਹਦੇ ਮੂਹਰੇ, ਛੱਡ ਦਿਓ, ਲੈ ਵੀ ਸੱਜ ਨੂੰ ਦਿਖਾਉਣਾ ਤੁਹਾਨੂੰ ਕੁਆਲਿਟੀ ਚੈੱਕ ਗੱਦਿਆਂ ਦੀ, ਦੇਖਦੇ ਲੰਘਾ ਦਿਓ ਉੱਪਰ ਦੀ, ਚੈੱਕ ਹੀ ਕਰਨੀ ਆ ਕੁਆਲਿਟੀ, ਮਾੜੀ ਲੰਘਾਇਓ ਉੱਪਰ ਦੀ ਬਾਈ, ਰੋਕ ਲਈ ਉੱਤੇ, ਰੋਕ ਲਓ ਦੇਖ ਲਓ, ਗੱਡੀ ਲੰਘ ਰਹੀ ਹੈ, 15 ਸਾਲ ਦੀ ਗਰੰਟੀ ਹੈ ਇਸ ਗੱਦੇ ਦੀ, ਨਾਭੇ ਦੇ ਵਿੱਚ ਕੋਈ ਲਾਂਭਾ ਨਹੀਂ ਚਿੱਪ ਜੀ, ਕੋਈ ਲਾਂਭਾ ਨਹੀਂ, ਇਹ ਤੁਹਾਡਾ ਜੀ, ਦੇਖ ਲਓ ਕਿਤੇ ਇਸ ਟਾਈਮ ਫਟੀ ਜਾਵੇ, ਮੈਂ ਕਹਿੰਦਾ ਫਾੜ ਦਿਓ ਜੀ, ਨੇੜੇ ਕੈਮਰਾ ਕਰ ਲਾ, ਕਿਤੋਂ ਕੋਈ ਗੱਦਾ ਨਹੀਂ ਚਿੱਪਿਆ, ਮੈਨੂੰ ਐਂ ਸੀ ਕਿਤੇ ਸਰਾਂ ਦੇ ਸਿਰ ਲਾਂਭਾ ਪੈ ਗਿਆ। ਗਰਮੀਆਂ ਦਾ ਸੀਜ਼ਨ ਜੀ, ਹਰੇਕ ਬੰਦਾ ਜਿਹੜਾ ਏਸੀ ਲਵਾਉਣਾ ਚਾਹੁੰਦਾ ਜੀ, ਏਸੀ ਦਾ ਸੀਜ਼ਨ ਆ ਗਿਆ ਜੀ, ਕਿ ਏਸੀ ਸਿਰਫ 2500 ਰੁਪਇਆ ਡਾਊਨ ਪੇਮੈਂਟ ਦੇ ਕੇ ਲੈ ਜੇ, ਅੱਜ ਲਵਾ ਲੇ ਘਰੇ, ਅੱਜ ਲਵਾ ਲੇ ਜੀ, ਦੇਖ ਲਓ ਕਿ ਐਡਾ ਵੱਡਾ ਏਸੀ ਸਿਰਫ 2500 ਰੁਪਏ ਦੇ ਵਿੱਚ ਲੱਗ ਰਿਹਾ, ਇਹ ਵੀ ਆਫਰ ਦੇ ਬਜਾਜ ਦਾ ਕਾਰਡ ਜੀ ਦਾ ਬਣਿਆ ਹੋਇਆ, ਜਿਹਦਾ ਨਹੀਂ ਬਣਿਆ ਉਹ ਬਣਾ ਦੋ, ਉਹਦਾ ਬਣਾ ਦਾਂਗੇ। ਕਿੰਨਾ ਟਾਈਮ ਲੱਗੂ ਬਣਾਉਣ ਤੇ ਜੀ? ਬਣਾਉਣ ਤੇ ਸਿਰਫ ਅਸੀਂ 15 ਮਿੰਟ ਲਾਵਾਂਗੇ, ਬਿਲਕੁਲ ਉਦੀ ਲਈ ਜਾ ਸਕਦਾ, ਕਹਿ ਸਕਦਾ ਜਾ ਸਕਦਾ ਜੀ, ਫਿਰ ਹਰ ਇੱਕ ਮਹੀਨੇ ਕਰਨੀ ਪੈਂਦੀ ਪੇਮੈਂਟ, ਇਹਦੇ ਬਾਅਦ ਕਿਵੇਂ ਸਿਸਟਮ? ਉਹ ਮੰਥਲੀ ਉਹਦੀ ਕਿਸ਼ਤ ਚੱਲੀ ਜਾਂਦੀ ਹੈ, ਸਿੱਧੀ ਅਕਾਊਂਟ ਚੋਂ ਕੱਟ ਜਾਂਦੀ ਹੈ, ਠੀਕ ਹੈ, ਕਿਉਂਕਿ ਉਹਨੂੰ 30-40-35 ਹਜ਼ਾਰ ਰੁਪਇਆ ਵਿਚਾਰੇ ਨੂੰ ਇਕੱਠਾ ਨਹੀਂ ਦੇਣਾ ਪੈਂਦਾ ਜੀ। ਜਿਹੜਾ ਐਡਰੈਸ ਹੈਗਾ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਲਾਹੌਰਾਂ ਗੇਟ, ਇਹ ਮਿੰਨੀ ਬੱਸ ਅੱਡਾ ਵੱਜਦਾ ਬਿਲਕੁਲ ਉਸ ਮੋੜ ਤੇ, ਟੀ ਪੁਆਇੰਟ ਤੇ ਇਹ ਸ਼ੋਰੂਮ ਹੈਗਾ ਜੀ। ਭਵਾਨੀਗੜ੍ਹ ਵਾਲਾ ਵੀ ਮੈਂ ਤੁਹਾਨੂੰ ਜਾਂਦੇ ਜਾਂਦੇ ਮਿਲਾ ਦੂੰਗਾ ਜੀ, ਜਿਹੜਾ ਪਿਛਲੇ ਲਿਆ ਤੁਸੀਂ ਉਹਨਾਂ ਦੀ ਵੀ ਜਵਾਨੀ ਸੁਣੋਗੇ ਕਿ ਉਹਦੇ ਵਿੱਚ ਕਿੰਨਾ ਫਾਇਦਾ ਹੈ। ਜਾਂਦੇ ਜਾਂਦੇ ਆਪਾਂ ਹੁਣ ਭਵਾਨੀਗੜ੍ਹ ਚੱਲਦੇ ਹਾਂ, ਤੁਹਾਨੂੰ ਉਹ ਵੀ ਦਿਖਾ ਦੂੰਗਾ ਜੀ ਸਰ। ਲਓ ਵੀ ਸੱਜਣੋ, ਅਸੀਂ ਉੱਥੇ ਪਹੁੰਚ ਗਏ ਭਵਾਨੀਗੜ੍ਹ, ਜਿੱਥੇ ਸੈਟਅਪ ਲੱਗੇ ਨੂੰ 2-3 ਮਹੀਨੇ ਹੋ ਗਏ, ਜਿਹੜੇ ਬੰਦੇ ਨੇ ਖਰੀਦਿਆ ਭਵਾਨੀਗੜ੍ਹ ਆ ਗਏ ਜੀ, ਹੈ ਨਾ, ਤੇ ਨਾਲ ਹੁੰਦੇ ਆ ਪੁਰਾਣਾ ਕਿਵੇਂ ਸਿਸਟਮ ਆ ਜੀ, ਦਿਖਾਇਓ। ਇਹ ਉਹੀ ਟੈਂਪੂਆਂ ਦੇ ਟੈਂਪੂ, ਤੁਸੀਂ ਦੇਖੋ ਜੀ, ਭਰ ਆ ਰਹੇ ਨੇ ਆ 1000 ਵਾਲੇ ਕੂਲਰ ਹਾਂ, ਇਹ 5000 'ਚ ਕੱਟਿਆ, ਇੱਥੋਂ ਨਵਾਂ ਲੈ ਕੇ ਜਾ ਰਹੇ ਨੇ ਨਵਾਂ ਕੂਲਰ, ਆਹ ਸਾਰਾ ਤੁਸੀਂ ਦੇਖੋ, ਪੁਰਾਣਾ 5000 'ਚ ਕੱਟ ਲਿਆ ਵੀ ਪਿਆ, ਤੇ ਸਾ ਇਹਨਾਂ ਵੀਰੇ ਕੋਲੇ ਸੈਟਅਪ ਸੀ ਹੈ ਜੀ। ਹਾਂਜੀ ਹਾਂ, ਤੇ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਜੀ? ਇਹਨਾਂ ਨੂੰ ਹਲੇ 2 ਕੁ ਮਹੀਨੇ ਹੋਏ ਨੇ ਜੀ, ਤਾਂ ਆਪਾਂ ਮੈਂ ਉਦੋਂ ਇਹਨਾਂ ਨੂੰ ਕਹਿ ਕੇ ਗਿਆ ਸੀਗਾ ਕਿ ਤੁਸੀਂ ਜਿਹੜੇ ਨੋਟ ਨੇ ਹੱਥਾਂ ਨਾਲ ਨਹੀਂ ਗਿਣ ਸਕਦੇ ਜੀ, ਤੁਹਾਨੂੰ ਮਸ਼ੀਨ ਨਾਲ ਗਿਣਨੇ ਪੈਣਗੇ। ਅੱਜ ਉਹ ਗੱਲ ਦਾ ਭਰੋਸਾ ਕੀਤਾ, ਹਾਂ ਇਸ ਗੱਲ ਦਾ ਭਰੋਸਾ ਕੀਤਾ ਇਹਨਾਂ ਨੇ, ਤੁਸੀਂ ਦੇਖੋ ਕਿ ਅੱਜ ਇਹ ਜਿਹੜੇ ਨੋਟ ਨੇਗੇ
ਇਹ ਮਸ਼ੀਨ ਨਾਲ ਗਿਣ ਰਹੇ ਨੇ ਮਤਲਬ ਇਹਨਾਂ ਤੋਂ ਹੱਥਾਂ ਨਾਲ ਨੋਟ ਨਹੀਂ ਗਿਣੇਗੇ ਇੰਨਾ ਜ਼ਬਰਦਸਤ ਇਹ ਸੈਟ ਕੀ ਨਾਮ ਹੈ ਜੀ ਆਪਣਾ ਗਗਨਦੀਪ ਸਿੰਘ ਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੀ ਸੈਟਅਪ ਸਾਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਤੇ ਕਿਵੇਂ ਪਹਿਲੀ ਗੱਲ ਤਾਂ ਇਹ ਦੱਸੋ ਜੀ ਮੰਨ ਕੇ ਔਖਾ ਕਿੰਨਾ ਕੁ ਲੱਗ ਰਿਹਾ ਵੀ ਆਪਣੇ ਮਨ 'ਚ ਹੁੰਦਾ ਵੀ ਯਾਰ ਮੈਂ ਕਿਵੇਂ ਕਰੂੰ ਉਹ ਜੀ ਦੱਸੇ ਵੀ ਔਖਾ ਕਿੰਨਾ ਕੁ ਨਹੀਂ ਸਰ ਨੇ ਗਾਈਡ ਬਹੁਤ ਵਧੀਆ ਕੀਤਾ ਜੀ ਜਿਵੇਂ ਇਹਨਾਂ ਨੇ ਕਿਹਾ ਸੀ ਉਸੇ ਤਰ੍ਹਾਂ ਹੋਇਆ ਬਿਲਕੁਲ ਹਾਂਜੀ ਅਸੀਂ ਸਮਾਨ ਦੇਣਾ ਹਾਂਜੀ ਵੀ ਉੱਪਰ ਦੀ ਸਾਰੀ ਜ਼ਿੰਮੇਵਾਰੀ ਸਾਂਭੀ ਜ਼ਿੰਮੇਵਾਰੀ ਇਹਨਾਂ ਦੀ ਹਾਂਜੀ ਮਤਲਬ ਅਸੀਂ ਟੈਂਸ਼ਨ ਵਾਲਾ ਕੰਮ ਘਟ ਗਿਆ ਸੀ ਟੈਂਸ਼ਨ ਨਾਲ ਫ੍ਰੀ ਤੇ ਉਹ ਤੋਂ ਬਾਅਦ ਫਿਰ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਚਲਾਉਣ ਦੇ ਵੀ ਇੱਕ ਤਰ੍ਹਾਂ ਦਾ ਹੈਂਡਲ ਦਾ ਕਰਨਾ ਪੈਂਦਾ ਆਪਣੂੰ ਗਾਹ ਕਰਨਾ ਹਾਂਜੀ ਵੀ ਉਹ ਚ ਕਿੰਨੀ ਕਿ ਦਿੱਕਤ ਆ ਰਹੀ ਨਹੀਂ ਕੋਈ ਦਿੱਕਤ ਨਹੀਂ ਐਕਸਪੀਰੀਅੰਸ ਵੀ ਹੋ ਗਿਆ ਤੇ ਬਾਕੀ ਇਹਨਾਂ ਦਾ ਅਸ਼ੀਰਵਾਦ ਹੈ ਜੀ ਜਿੰਨਾ ਆਪਾਂ ਕਿਹਾ ਜੀ ਇਹਨਾਂ ਨੂੰ ਮਤਲਬ ਉਸ ਤੋਂ ਵੱਧ ਸਰਵਿਸ ਦਿੱਤੀ ਹੈ ਜੀ ਇਹ ਤੁਸੀਂ ਆਪ ਦੇਖੋ ਮਸ਼ੀਨ ਲਿਆ ਕੇ ਲਿਆਉਣੀ ਪਈ ਇਹਨਾਂ ਨੇ ਮਜਬੂਰੀ ਨਾਲ ਤੇ ਪੈਸੇ ਲਾਉਣੇ ਪਏ ਪਹਿਲਾਂ ਇਹਨਾਂ ਨੂੰ ਐ ਲੱਗਦਾ ਸੀ ਕਿੰਨੇ ਕੋਣਗੇ ਸੀ ਉਹੀ ਗਿਣ ਲਿਆ ਕਰਾਂਗੇ ਹੱਥ ਨਾਲ ਹੀ ਹਾਂ ਗ੍ਰਾਹਕ ਵੀਰਾਂ ਤੁਸੀਂ ਗੱਲ ਕਰ ਲਓ ਜੀ ਤੇ ਇਹ ਗ੍ਰਾਹਕ ਨਾਲ ਵੀ ਗੱਲ ਕਰ ਲੈਣ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਬੂਟਾ ਖਾਨ ਜੀ ਪਿੰਡ ਫਤਿਹਗੜ੍ਹ ਸੰਨਾ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਉਰੇ ਇਹ ਲੱਗਿਆ ਉਹਨਾਂ ਦਾ ਸਿਸਟਮ ਉਰੇ ਐਡ ਮੋਬਾਈਲਾਂ ਤੇ ਲਾ ਲਓ ਜੀ ਜਿਵੇਂ ਹਾਂ ਜੀ ਅੱਗੇ ਦੀ ਅੱਗੇ ਪਤਾ ਚੱਲ ਜਾਂਦਾ ਜੀ ਫਾਇਦਾ ਲੱਗ ਰਿਹਾ ਚੀਜ਼ ਸਮਾਨ ਲੈਣ ਚ ਹਾਂ ਜੀ ਬਿਲਕੁਲ ਫਾਇਦਾ ਲੱਗ ਰਿਹਾ ਜੀ ਪੁਰਾਣੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਕਬਾੜ ਚ ਪਈਆਂ ਨੇ ਜਾਨੀ ਵੱਧ ਪੈਸਿਆਂ ਦੇ ਕੱਟੀਆਂ ਜਾ ਰਹੇ ਨੇ ਕਬਾੜੀਆਂ ਨੂੰ ਦਈਏ ਉਹ 2000-2500 ਦਾ ਕੱਟਣਗੇ ਜੀ ਉਹ ਲੋਹੇ ਦੇ ਭਾਅ ਚ ਲੈਣਾ ਤਾਂ ਸਮਝਾ ਰਹੇ ਨੇ ਵੀ ਬਿਲਕੁਲ ਜੀ ਬਿਲਕੁਲ ਫਾਇਦਾ ਜੀ ਸਾਰਾ ਸਾਡੇ ਪਿੰਡ ਦੇ ਬਹੁਤ ਲੈ ਕੇ ਜਾ ਰਹੇ ਨੇ ਹਾਂਜੀ ਮੇਰੀ ਬੇਨਤੀ ਹੈ ਸਾਰੇ ਦਰਸ਼ਕ ਵੀਰਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿ ਅਸੀਂ ਨਾਭਾ ਤੁਹਾਨੂੰ ਦਿਖਾ ਦਿੱਤਾ ਕਿ ਨਾਭੇ ਦੇ ਵਿੱਚ ਸਾਡਾ ਜਿਹੜਾ ਸਟੋਰ ਹੈ ਲਾਹੌਰਾਂ ਗੇਟ ਹੈ ਔਰ ਨੇੜੇ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਹੈ ਭਵਾਨੀਗੜ੍ਹ ਦੇ ਵਿੱਚ ਸਾਡਾ ਸਟੋਰ ਹੈ ਜਿਹੜਾ ਉਹ ਰਾਮਪੁਰਾ ਰੋਡ ਦੇ ਉੱਤੇ ਹੈ ਸਰਹੰਦ ਦੇ ਵਿੱਚ ਸਾਡਾ ਸਟੋਰ ਹੈ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡਾ ਹੈ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ਦੇ ਕੋਲੋਂ ਜਦੋਂ GT ਰੋਡ ਹੈ ਮੇਨ ਬਿਜਲੀ ਬੋਰਡ ਦਫ਼ਤਰ ਦੇ ਸਾਹਮਣੇ ਮੇਨ ਜੀ ਰੋਡ ਦੇ ਉੱਪਰ ਦਾਣਾ ਮੰਡੀ ਦੇ ਵਿੱਚ ਅਤੇ ਜਿਹੜੇ ਦੋਸਤਾਂ ਨੇ ਇਹ ਸੈਟਅਪ ਲੈਣਾ ਹੈਗਾ ਕਨੇਡਾ ਅਮਰੀਕਾ ਦੇ ਅੱਧੇ ਪੈਸਿਆਂ ਨਾਲੋਂ ਤੁਹਾਨੂੰ ਇਹ ਸੈਟਅਪ ਅਸੀਂ ਤਿਆਰ ਕਰਕੇ ਦੇ ਦਾਂਗੇ ਔਰ ਸਾਰੀ ਚੀਜ਼ ਤੁਹਾਡੇ ਕੋਲ ਉੱਥੇ ਪਹੁੰਚੂਗੀ ਕਿਉਂਕਿ ਆਪਾਂ ਇਕੱਲੇ ਇਕੱਲੇ ਪ੍ਰੋਡਕਟ ਦਾ ਟਾਈਅਪ ਕਰਦੇ ਕਰਦੇ 10-20 ਸਾਲ ਬੀਤ ਜਾਂਦੇ ਨੇ ਉਦੋਂ ਬਾਅਦ ਸਾਡੇ ਨਾਲ ਠੱਗੀਆਂ ਵੱਜਦੀਆਂ ਨੇ ਪਉਂਗੇ ਮੈਂ ਦਰਸ਼ਕਾਂ ਨੂੰ ਇਹੀ ਲਾਸਟ ਸੁਨੇਹਾ ਕਿ ਕਿਸੇ ਦੀ ਉਂਗਲਬਾਜ਼ੀ ਜਾਂ ਇੱਧਰ ਉੱਧਰ ਕਰਨ ਦੀ ਲੋੜ ਨਹੀਂ ਤੁਸੀਂ ਆਪ ਖੁਦ ਆ ਕੇ ਦੇਖੋ ਹੈ ਨਾ ਜੇ ਕਿਸੇ ਨੇ ਆਉਣਾ ਸਾਡੇ ਫੋਨ ਨੰਬਰ ਸਕਰੀਨ 'ਤੇ ਨੇ ਤੁਸੀਂ ਫੋਨ ਕਰਕੇ ਆ ਜਾਓ ਨਹੀਂ ਫੋਨ ਚੱਕਿਆ ਜਾਂਦਾ ਜ਼ਿਆਦਾ ਫੋਨ ਵੱਜਦੇ ਨੇ ਤੁਸੀਂ ਆਪ ਖੁਦ ਤੁਹਾਨੂੰ ਐਡਰੈਸ ਦੱਸਤਾ ਭਵਾਨੀਗੜ੍ਹ ਦਾ ਨਾਭੇ ਦਾ ਸਰਹੰਦ ਦਾ ਹਾਂਜੀ ਪਿਛਲੀ ਵਾਰ ਦੇਖੋ ਜਦੋਂ ਆਪਾਂ ਇੱਥੇ ਆਏ ਸੀਗੇ ਆਪਾਂ ਕਿਹਾ ਸੀ ਵੀ ਜਿਹੜੇ ਗਾਹਕ ਆਉਣਗੇ ਉਹਨਾਂ ਨੂੰ ਸਕ੍ਰੈਚ ਕਾਰਡ ਮਿਲਦਾ ਔਰ ਕਿੰਨਾ ਕੈਸ਼ਬੈਕ ਮਿਲਦਾ ਕਿੰਨਾ ਕਿੰਨਾ ਲੋਕਾਂ ਨੂੰ ਮਿਲਿਆ ਤੁਸੀਂ ਖੁਦ ਦੇਖ ਲਓ ਜੀ 3300 ਆ 11000 ਮਿਲਿਆ ਜੀ ਕਿਸੇ ਨੇ 8000 ਵਾਲੀ ਮਸ਼ੀਨ ਖਰੀਦੀ ਉਹਨੂੰ 3000 ਦੇ ਕੇ ਤਿੰਨ ਹਜ਼ਾਰ ਹੀ ਦੇਣਾ ਪਿਆ ਜੀ ਇਹਨੂੰ ਲੈ ਵੀ ਉਹ ਸਕ੍ਰੈਚ ਕਾਰਡ 100 ਮਿਲਿਆ 400 ਨਿਕਲਿਆ 7100 11000 ਦੇਖ ਸਕਦੇ ਹੋ 4100 ਨੇ 3100 2100 ਤੋਂ ਸਟਾਰਟ ਹੋ ਜਾਂਦੇ 2100 ਤੱਕ ਦੇਖ ਨਹੀਂ ਰਹੇ ਹਾਂਜੀ ਹਾਂ 5100 3100 ਹਨਾ ਦੇਰੀ ਨਹੀਂ ਕਰਨੀ ਜੇ ਕਿਸੇ ਨੇ ਇਦਾਂ ਦਾ ਸੈਟਅਪ ਲੈਣਾ ਤਾਂ ਤੁਸੀਂ ਸਾਡੇ ਫੋਨ ਨੰਬਰ ਨੀਚੇ ਚੱਲ ਰਹੇ ਨੇ ਉਹਦੇ ਨਾਲ ਕੰਟੈਕਟ ਕਰ ਲਓ ਤੁਹਾਨੂੰ ਸਮਾਂ ਦੇ ਕੇ ਅਸੀਂ ਮਿਲਾਂਗੇ ਔਰ ਸਾਰਾ ਉਹ ਪ੍ਰੋਸੈਸ ਸਮਝਾ ਦਾਂਗੇ ਬਾਕੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ